ਨਾਚਦਾ ਵੀ ਨੱਟ ਨੁੱਟ ਰੱਖੇ ਪੜਨੇ ਚਿੱਚਤ ਵੱਡਾ ਵੀਰ ਤੈਨੂੰ ਆਖਦਾ ਆ ਨਿੱਕਿਆ ਵੱਡਾ ਵੀਰ ਤੈਨੂੰ ਆਖਦਾ ਆ ਨਿੱਕਿਆ ਸੁੱਖ ਜ਼ਿੰਦਗੀ ਚ ਰਹਿੰਦਾ ਮੇਰੀ ਗੱਲ ਮੰਨੇ ਓਏ ਭਾਵੇਂ ਵੱਟਾਂ ਵਾਲੀ ਬੰਨੀ ਭਾਵੇਂ ਪੇਚਾਂ ਵਾਲੀ ਬੰਨੀ ਭਰੀ ਬਾਪੂ ਜੀ ਨਾ ਵੀਰੇ ਆ ਕੇ ਨਾ ਵੀ ਕੰਮੇ ਓਏ ਭਾਵੇਂ ਵੱਟਾਂ ਵਾਲੀ ਬੰਨੀ ਭਾਵੇਂ ਪੇਚਾਂ ਵਾਲੀ ਬੰਨੀ ਭਰੀ ਬਾਪੂ ਜੀ ਨਾ ਵੀਰੇ ਆ ਕੇ ਨਾ ਵੀ ਕੰਮੇ ਓਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਵਲਜੀਤ ਸਿੰਘ ਪਿੰਡ ਸੁੱਖ ਸਿੰਘ ਜ਼ਿਲ੍ਹਾ ਤਰਨ ਤਾਰਨ ਮੇਰਾ ਬੇਟਾ ਸਮਰੱਥ ਵੀਰ ਸਿੰਘ ਜਿਹਨੂੰ ਬਚਪਨ ਤੋਂ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਇਹਨਾਂ ਨੂੰ ਸਾਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਪਹਿਲਾ ਰਾਊਂਡ ਹੀ ਜਿਹੜਾ ਉਹ ਭਿੱਖੀ ਪਿੰਡ ਸਕੂਲ ਦੇ ਵਿੱਚ ਹੋਇਆ ਜੀ ਅਸੀਂ ਆਪਣੇ ਬੱਚੇ ਨੂੰ ਉੱਥੇ ਲੈ ਕੇ ਗਏ ਸਾਡਾ ਬੱਚਾ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਦੂਸਰਾ ਰਾਊਂਡ ਇਹਨਾਂ ਦਾ ਜੰਡਿਆਲਾ ਗੁਰੂ ਹੋਇਆ ਜੀ ਉਸ ਤੋਂ ਬਾਅਦ ਤੀਸਰਾ ਰਾਊਂਡ ਜਿਹੜਾ ਉਹ ਕਪੂਰਥਲਾ ਜੀ ਹੋਇਆ ਸਾਡਾ ਬੱਚਾ ਉੱਥੋਂ ਹੀ ਸਿਲੈਕਟ ਹੋ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪਲੇਟਫਾਰਮ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇੱਥੋਂ ਤੱਕ ਪਹੁੰਚਾਇਆ ਅਤੇ ਸਾਡੇ ਬੱਚੇ ਨੂੰ ਗਾਉਣ ਦਾ ਬਹੁਤ ਵਧੀਆ ਜ਼ਿਆਦਾ ਸ਼ੌਂਕ ਸੀਗਾ ਅਤੇ ਸਾਡਾ ਬੱਚਾ ਹੀ ਰੱਬ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਬੁਲੰਦੀਆਂ ਨੂੰ ਛੂਏ ਔਰ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਇੱਥੋਂ ਤੱਕ ਉਹਨਾਂ ਨੇ ਪਹੁੰਚਾਇਆ ਐਡਾ ਵਧੀਆ ਪਲੇਟਫਾਰਮ ਮਿਲਿਆ ਸ਼ੁਰੂ ਤੋਂ ਮੈਨੂੰ ਬਹੁਤ ਜ਼ਿਆਦਾ ਗਾਉਣ ਦਾ ਸ਼ੌਂਕ ਸੀਗਾ ਪਰ ਘਰ ਦੀਆਂ ਮਜਬੂਰੀਆਂ ਕਾਰਨ ਕਈ ਵਾਰੀ ਇੱਦਾਂ ਹੁੰਦਾ ਕਿ ਉਹ ਸ਼ੌਂਕ ਪੂਰੇ ਨਹੀਂ ਹੁੰਦੇ ਵੀ ਉਹ ਆਪਣੇ ਬੱਚਿਆਂ ਦੇ ਵਿੱਚ ਵੇਖਣਾ ਚਾਹੁੰਦਾ ਮੈਂ ਤੁਹਾਨੂੰ ਆਪਣੇ ਸ਼ੌਂਕ ਬਾਰੇ ਦੋ ਲਾਈਨਾਂ ਗਾ ਕੇ ਸੁਣਾਉਣਾ ਖੇਤੀ ਖੂਹਾਂ ਤੇ ਬਹਿ ਕੇ ਮੋੜਾ ਕੁੱਲ ਰੋ ਕੇ ਆਇਆ ਖਾਲੀ ਖੜੇ ਮੰਜਿਆਂ ਦੀਆਂ ਘਰ ਦੋੜਾ ਕੁੱਲ ਰੋ ਕੇ ਆਇਆ ਹੁਣ ਵੇਖਣ ਨੂੰ ਜਿੱਦਾਂ ਬਸਿਓ ਵਾਣ ਦੀਆਂ ਰੱਸੀਆਂ ਸੀ ਚੁੰਮ ਚੁੰਮ ਕੇ ਰੋਇਆ ਮੇਰੇ ਬਾਪੂ ਨੇ ਕੱਸੀਆਂ ਸੀ ਮੈਂ ਦੋੜਾਂ ਕੁੱਲ ਰੋ ਕੇ ਆਇਆ ਮੇਰਾ ਨਾਮ ਬਲਜਿੰਦਰ ਕੌਰ ਹੈ ਅਤੇ ਮੇਰੇ ਹਸਬੈਂਡ ਦਾ ਨਾਮ ਕਵਲਜੀਤ ਸਿੰਘ ਢਿੱਲੋਂ ਹੈ ਅਤੇ ਮੇਰੇ ਬੇਟੇ ਦਾ ਨਾਮ ਸਮਰੱਥਵੀਰ ਸਿੰਘ ਢਿੱਲੋਂ ਹੈ ਉਸਨੂੰ ਮਿਊਜ਼ਿਕ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਅਤੇ ਜਦੋਂ ਤੁਹਾਡੇ ਚੈਨਲ ਦਾ ਪ੍ਰੋਗਰਾਮ ਦਾ ਪਤਾ ਲੱਗਾ ਅਤੇ ਫਿਰ ਅਸੀਂ ਇਸ ਲਾਈਨ 'ਚ ਲੈ ਕੇ ਗਏ ਅਤੇ ਸਿਲੈਕਟ ਹੋ ਗਿਆ ਅਤੇ ਮੇਰੇ ਬਹੁਤ ਜ਼ਿਆਦਾ ਸ਼ੌਂਕ ਹੈ ਕਿ ਮੇਰਾ ਬੱਚਾ ਸਿਲੈਕਟ ਹੋਵੇ ਅਤੇ ਸਾਡੇ ਸ਼ੌਂਕ ਪੂਰੇ ਹੋਣ ਮੈਨੂੰ ਘਰ ਦੇ ਕੰਮ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜਦੋਂ ਮੈਂ ਠੀਕ ਸੀ ਅਤੇ ਮੇਰੇ ਹੈਲਪ ਲਈ ਇਹ ਅੱਗੇ ਰਹਿੰਦਾ ਹੈ ਇਹਨੂੰ ਚਾਹ ਅਤੇ ਪਰੌਂਠੀ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਹਾਂ ਮਾਲਕ ਕਿ ਇਹ ਆਪਣੇ ਪਿੰਡ ਦਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰੇ ਅਤੇ ਉਹ ਮੇਰਾ ਕਿਹੜਾ ਬਾਪੂ ਕਰੀਦਾ ਬਲੈਕ ਨੀ ਜਿਹੜਾ ਤੇਰੇ ਸ਼ਹਿਰ ਨੂੰ ਵਾਪ ਲੈ ਦੀ ਉਹ ਮੈਨੂੰ ਮੁਰਦੇ ਨੂੰ ਪਿੰਡ ਮੁੜ ਲੈਣ ਦੇ ਨੀ ਕੰਮ ਉੱਥੇ ਪਏ ਨੇ ਬੜੇ ਉਹ ਯਾਰੀ ਚੰਡੀਗੜ੍ਹ ਵਾਲੀ ਐ ਨੀ ਤੇਰੀ ਤੇਰਾ ਕੀ ਹਥਿਆਰ ਦੇ ਖੜੇ ਸਾਡੇ ਘਰ 'ਚ ਸਭ ਤੋਂ ਛੋਟਾ ਬੱਚਾ ਇਸ ਕਰਕੇ ਸਾਰਿਆਂ ਨਾਲ ਪਿਆਰ ਕਰਦਾ ਪਿਆਰ ਲੈਂਦਾ ਵੀ ਬਹੁਤ ਜ਼ਿਆਦਾ ਸਾਰਿਆਂ ਤੋਂ
ਅਤੇ ਇਹਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਅਤੇ ਇਸ ਕਰਕੇ ਇਹਨਾਂ ਸਾਰੇ ਸਪੋਰਟ ਕਰਦੇ ਆ ਸਿੰਗਿੰਗ ਵੱਲ। ਬਜ਼ੁਰਗ ਡੱਕਦੇ ਵੀ ਰਹਿੰਦੇ ਪਰ ਫਿਰ ਵੀ ਆਪਣੇ ਕੰਮਾਂ ਗਾਣੇ ਗੁਣੇ ਬੋਲਦਾ ਰਹਿੰਦਾ, ਇਸ ਤਰ੍ਹਾਂ ਬਹੁਤ ਵਧੀਆ ਦਾ। ਮੇਰਾ ਨਾਮ ਮਹਿਕਦੀਪ ਸਿੰਘ, ਮੈਂ ਸਮਰੱਥ ਦਾ ਵੱਡਾ ਬ੍ਰਦਰ। ਸਮਰੱਥਦੀਪ ਸਿੰਘ ਬਸ ਗਾਣਿਆਂ 'ਚ ਵੀ ਬਹੁਤ ਵਧੀਆ ਅਤੇ ਸਕੂਲ 'ਚ ਡੇਲੀ ਜਾਂਦਾ ਹੈ ਅਤੇ ਆਪਣੀ ਪੜ੍ਹਾਈ ਨੂੰ ਮਤਲਬ ਹਰ ਕੰਮ ਦੇ ਅੱਗੇ ਰੱਖਦਾ ਹੈ। ਹੋਰ ਵੀ ਮਤਲਬ ਇਹ ਮਤਲਬ ਸਪੋਰਟ 'ਚ ਵੀ ਵਧੀਆ ਹੈ, ਖੇਡਾਂ 'ਚ ਵੀ ਵਧੀਆ ਹੈ, ਬਾਕੀ ਮੋਬਾਈਲ 'ਤੇ ਗੇਮਾਂ ਵੀ ਖੇਡਦਾ ਰਹਿੰਦਾ ਹੈ ਅਤੇ ਗਾਣਿਆਂ 'ਚ ਵੀ ਮਤਲਬ ਬਹੁਤ ਵਧੀਆ ਹੈ। ਅਤੇ ਹੁਣ ਇਹ ਤੁਹਾਨੂੰ ਗਾਣਾ ਸੁਣਾ ਕੇ ਵਿਖਾਊਗਾ। ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰੀ ਗਿਆ ਯਾਰਾਂ ਨੂੰ। ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰੀ ਗਿਆ ਯਾਰਾਂ ਨੂੰ। ਤੈਨੂੰ ਤਾਂ ਮੈਂ ਕਿਸੇ ਬਹਾਨੇ ਭੁੱਲ ਜਾਊਂਗਾ, ਭੁੱਲ ਨਹੀਂ ਹੋਣਾ ਪਿੱਠ ਤੇ ਕਿਤੇ ਵਾਰਾਂ ਨੂੰ। ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰਗੀਆਂ ਯਾਰਾਂ ਨੂੰ। ਮੇਰਾ ਨਾਮ ਗੁਰਪਾਲ ਸਿੰਘ, ਇਹ ਸਾਡਾ ਬੇਟਾ ਸਮਰੱਥਜੀਤ ਸਿੰਘ ਢਿੱਲੋਂ, ਜਿਹਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਅਤੇ ਅਸੀਂ ਰੱਬ ਗੜੀ ਇਹੋ ਅਰਦਾਸ ਕਰਦੇ ਹਾਂ ਕਿ ਆਪਣੇ ਪਿੰਡ ਦਾ ਔਰ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕਰੇ। ਅਤੇ ਗਾਉਣ ਦੇ ਨਾਲ ਇਹਨੇ ਸ਼ਰਾਰਤੀ ਵੀ ਬਹੁਤ ਜ਼ਿਆਦਾ ਹੈ, ਸ਼ਰਾਰਤਾਂ ਵੀ ਬਹੁਤ ਜਿੰਨੀਆਂ ਕਰਦਾ ਹੈ ਅਤੇ ਸ਼ਰਾਰਤਾਂ ਨਾਲ ਨਾਲੇ ਪਿਆਰ ਵੀ ਬੜਾ ਕਰਦਾ ਹੈ ਅਤੇ ਪਿਆਰ ਲੈਂਦਾ ਵੀ ਲੋਕਾਂ ਤੋਂ ਬਹੁਤ ਹੈ। ਅਤੇ ਅਸੀਂ ਇਹੀ ਅਰਦਾਸ ਕਰਦੇ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਬਹੁਤ ਤਰੱਕੀ ਦੇਵੇ। ਸਮਰੱਥ ਢਿੱਲੋਂ ਬਹੁਤ ਪਿਆਰਾ ਬੱਚਾ ਹੈ ਜੀ। ਜਿਸ ਦਿਨ ਇਹ ਮੇਰੇ ਕੋਲ ਆਇਆ ਸੀ ਨਾ, ਉਸ ਦਿਨ ਤਾਂ ਬਿਲਕੁਲ ਹੀ ਮੈਨੂੰ ਲੱਗਦਾ ਸੀ ਕਿ ਇਹ ਬੱਚਾ ਸਾਡੇ ਕੋਲ ਚੱਲਣਾ ਨਹੀਂ, ਪਰ ਮੈਂ ਫਿਰ ਵੀ ਇਹਦੇ ਫਾਦਰ ਸਾਹਿਬ ਲੈ ਕੇ ਆਇਆ ਮੇਰੇ ਕੋਲ ਕਿ ਚਲੋ ਇਹਨੂੰ ਥੋੜ੍ਹਾ ਪਤਾ ਸੁਰਤਾਲ ਬਾਰੇ ਪਤਾ ਲੱਗ ਜਾਵੇ। ਜਿਸ ਦਿਨ ਆਇਆ ਉਸਨੇ ਰਿਦਮ ਬਿਲਕੁਲ ਇਹਦਾ ਕੱਚਾ ਸੀਗਾ ਅਤੇ ਮੈਂ ਆਪਣੀ ਅਕੈਡਮੀ ਛੱਡ ਦਿੱਤਾ। ਮੈਂ ਕਿਹਾ ਚਲੋ ਵੀ ਜਿੰਨਾ ਕਿਨੂੰ ਆਉਂਦਾ ਉਨਾ ਕਿਨੂੰ ਕਰਾ ਸਕੂੰ, ਪਰ ਤੀਜੇ ਚੌਥੇ ਦਿਨ ਜਦੋਂ ਮੈਂ ਆ ਕੇ ਦੇਖਿਆ ਵੀ ਬੱਚੇ ਨੇ ਬਿਲਕੁਲ ਆਪਣਾ ਆਪ ਨੂੰ ਪ੍ਰੂਵ ਕੀਤਾ ਵੀ ਮੈਂ ਕਰ ਸਕਦਾ, ਉਸ ਦਿਨ ਤੋਂ ਫਿਰ ਮੈਂ ਵੀ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ। ਬੱਚਾ ਬਹੁਤ ਟੈਲੈਂਟ ਹੈ ਔਰ ਪੜ੍ਹਾਈ ਦੇ ਨਾਲ ਨਾਲ ਸਿੱਖ ਵੀ ਰਿਹਾ ਔਰ ਜਿਹੜੀ ਚੀਜ਼ ਅਸੀਂ ਉਹਨੂੰ ਦੱਸਦੇ ਹਾਂ ਪੂਰੇ ਤਰੀਕੇ ਦੇ ਨਾਲ ਪ੍ਰੋਪਰ ਉਹਨੂੰ ਕਰਕੇ ਆਉਂਦਾ। ਅਤੇ ਬਾਕੀ ਸ਼ਰਾਰਤੀ ਵੀ ਹੈਗਾ ਜੀ, ਕਿਉਂਕਿ ਇੱਥੇ ਛੋਟੇ ਛੋਟੇ ਬੱਚੇ ਹੋਰ ਵੀ ਆਉਂਦੇ ਨੇ ਸਿੱਖਣ ਅਤੇ ਕਈ ਵਾਰੀ ਉਹਨਾਂ ਨੂੰ ਹਟਾ ਕੇ ਕਹਿੰਦਾ, ਉਸਤਾਦ ਜੀ ਨੇ ਮੈਨੂੰ ਕਿਹਾ ਸੀ ਤੂੰ ਰਿਆਜ਼ ਕਰ ਇਹਨਾਂ ਨੂੰ ਹਟਾ ਦਿਓ, ਉਹਨਾਂ ਨੂੰ ਪਾਸੇ ਕਰਕੇ ਆਪ ਬੈਠ ਜਾਂਦਾ ਅਤੇ ਛੋਟੇ ਛੋਟੇ ਸ਼ਰਾਰਤਾਂ ਵੀ ਕਰ ਦਿੰਦਾ। ਬਾਕੀ ਪਿਆਰ ਬਹੁਤ ਕਰਦੇ ਸਾਰੇ ਨੂੰ, ਸਾਰੇ ਬੱਚੇ ਇਹਦੇ ਨਾਲ ਖੁਸ਼ ਨੇ, ਕੰਮ ਵੀ ਔਰ ਛੋਟੇ ਛੋਟੇ ਹੱਸੀ ਮਜ਼ਾਕ ਜਿਹੜਾ ਕਿ ਕਰਦੇ ਜਾ ਕਰ ਦਿੰਦਾ, ਸਾਡਾ ਵੀ ਦਿਲ ਲੱਗਿਆ ਰਹਿੰਦਾ। ਇਹਨੂੰ ਧੰਨਵਾਦ ਕਰਦੇ ਹਾਂ ਸਾਡੇ ਕੋਲ ਬੱਚਾ ਆਇਆ, ਅਸੀਂ ਵੀ ਆਪਣੇ ਆਪ ਨੂੰ ਸੁਭਾਗ ਸਮਝਦੇ ਵੀ ਅੱਜ ਜੇ ਬੱਚਾ ਤਰੱਕੀ ਕਰ ਰਿਹਾ ਅਤੇ ਕੁਝ ਇਹਦੇ ਮਾਤਾ ਪਿਤਾ ਸਪੋਰਟ ਕਰ ਰਹੇ ਨੇ, ਕੁਝ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ, ਤਾਂ ਬੱਚੇ ਦੀ ਆਪਣੀ ਪੂਰੀ ਮਿਹਨਤ ਹੈ ਜੀ। ਤਹਿ ਤੋਂ ਧੰਨਵਾਦ, ਸ਼ੁਕਰੀਆ ਜੀ।
गुड आफ्टरनून, मैं सुर सिंह शहीद बाबा दीप सिंह स्कूल की 7th क्लास की इंचार्ज हाँ। समरथ भीर मेरी क्लास का एक बहुत ही नोटी एंड इंटैलीजेंट स्टूडेंट है। उसनों पढ़ाई के नाल नाल उसका एक पैशन है कि वह एक बहुत वधिया सिंगर बने, तो इस शौक नू असी सारे मतलब एप्रीशिएट करते हैं, स्कूल स्टाफ और फैमिली ऑलसो। सो असी चाहते हैं कि समरथ एक बहुत वधिया सिंगर बने इन फ्यूचर, जिमें कि उसकी आवाज़ या उसका अंदाज़ या डिफरेंट या गायक वर्गा वा, उसकी आवाज़ भी बहुत बुलंद है। सो असी सारे उसके नाल हैं कि वह मतलब बुलंदियों नू छूवे, साडे स्कूल का पिंड का फैमिली का सब का मान वधावे। थैंक यू। एम डी मैम बलविंदर कौर, पिंड सुर सिंह तो शहीद बाबा दीप सिंह हाई स्कूल। समरथ भीर बारे दसन लगी हाँ। 7th क्लास का समरथ भीर जो कि साढ़े स्कूल शहीद बाबा दीप सिंह हाई स्कूल का विद्यार्थी है 7th क्लास का, और उन्होंने शौक सी गीत का, गीतों का गीतकार बन का, और सब तो ज़्यादा शौक से उसके पापा नू। ਜਦੋਂ ਮੇਰੇ ਕੋਲ 2009 ਵਿੱਚ ਆਇਆ ਹੈ ਨਾ, ਤਾਂ ਉਹ ਆਪਣੇ ਦਾਦੀ ਜੀ ਨਾਲ ਆਇਆ ਸੀ, ਛੋਟਾ ਜਿਹਾ ਨਰਸਰੀ ਕਲਾਸ ਦਾ ਵਿਦਿਆਰਥੀ ਸੀ। ਉਦੋਂ ਨਰਸਰੀ ਕਲਾਸ 'ਚ ਉਹਨੇ ਐਡਮਿਸ਼ਨ ਲੈਣਾ ਸੀ, ਔਰ ਇਹਨੇ ਰੈੱਡ ਕਲਰ ਦਾ ਕੁੜਤਾ ਅਤੇ ਵਾਈਟ ਕਲਰ ਦਾ ਪਜਾਮਾ ਪਾਇਆ ਸੀ, ਔਰ ਜਦੋਂ ਇਹਦੇ ਦਾਦੀ ਜੀ ਲੈ ਕੇ ਆਏ ਮੇਰੇ ਕੋਲ, ਤਾਂ ਕੰਨਾਂ 'ਚ ਮੁਰਕੀਆਂ ਪਾਈਆਂ ਸੀ ਇਹਨੇ ਛੋਟੀਆਂ ਛੋਟੀਆਂ। ਅਤੇ ਮੈਂ ਪੁੱਛਿਆ ਕਿ ਤੁਸੀਂ ਤਾਂ ਅੰਮ੍ਰਿਤਧਾਰੀ ਹੋ, ਤਾਂ ਤੁਸੀਂ ਬੱਚੇ ਨੂੰ ਮੁਰਕੀਆਂ ਕਿਉਂ ਪਾਈਆਂ ਹੈ? ਅਤੇ ਕਹਿੰਦੇ ਜੀ ਇਹਦੇ ਪਾਪਾ ਦਾ ਸ਼ੌਂਕ ਆ ਕਿ ਇਹਨੇ ਮਤਲਬ ਇਹਨੂੰ ਅਸੀਂ ਗਾਉਣ ਵਾਲਾ ਬਣਾਉਣਾ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਿੰਗਰ ਆ ਜਾਂ ਕੀ ਹੈ ਬੰਨਾ, ਹੈ ਨਾ। ਅਤੇ ਉਹਨਾਂ ਨੇ ਫਿਰ ਬਾਅਦ ਵਿੱਚ ਸਮਰੱਥ ਨੇ ਕਿਹਾ ਕਿ ਮੈਂ ਵਾਰ ਰੱਖਣੇ ਆ, ਕਿ ਪੱਗ ਦਾ ਟ੍ਰੈਂਡ ਆ ਗਿਆ। ਜਦੋਂ ਇਹਨੇ ਵਾਰ ਰੱਖੇ ਤਾਂ ਮੈਂ ਪੁੱਛਿਆ ਕਿ ਸਮਰੱਥ ਤੇਰੇ ਤਾਂ ਪਾਪਾ ਨੂੰ ਸ਼ੌਂਕ ਸੀ ਬਹੁਤ ਜ਼ਿਆਦਾ ਕਿ ਤੂੰ ਗੀਤਕਾਰ ਬਣੇਗਾ, ਅਤੇ ਸਮਰੱਥ ਕਹਿੰਦਾ ਕਿ ਮੈਂ ਵਾਲ ਰੱਖਣੇ ਆ। ਇਹਨੇ ਮੁਰਕੀਆਂ ਵਗੈਰਾ ਉਧਾਰ ਦਿੱਤੀਆਂ, ਅਤੇ ਬੱਚੇ ਨਾਲੋਂ ਜ਼ਿਆਦਾ ਸ਼ੌਂਕ ਇਹਦੇ ਪਾਪਾ ਨੂੰ ਆ, ਔਰ ਪਾਪਾ ਨੇ ਗਾਈਡ ਕੀਤਾ ਇਹਨੂੰ ਕਿ ਤੁਸੀਂ ਬੇਟਾ ਗੀਤਕਾਰ ਬਣੋ, ਸਿੰਗਰ ਬਣੋ। ਅਤੇ ਪਾਪਾ ਦਾ ਸਾਡੀਆਂ ਵੀ ਵਿਸ਼ੇਜ਼ ਪਾਪਾ ਨਾਲ ਆ ਕੇ, ਚਲੋ ਜੇ ਉਹਨਾਂ ਦਾ ਸ਼ੌਂਕ ਆ ਬੱਚੇ ਨੂੰ, ਬਹੁਤ ਸਾਰੀਆਂ ਵਿਸ਼ੇਜ਼ ਆ ਸਾਡੇ ਵੱਲੋਂ ਕਿ ਬੱਚਾ ਅੱਗੇ ਜਾ ਕੇ ਤਰੱਕੀ ਕਰੇ, ਪਿੰਡ ਦਾ ਨਾਮ ਰੋਸ਼ਨ ਕਰੇ, ਸਕੂਲ ਦਾ ਨਾਮ ਰੋਸ਼ਨ ਕਰੇ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਧੰਨਵਾਦ ਜੀ।